காகிருதம் காட்டி கட்டாரி கடாகம் தாகிருதம் திறந்து பக்கம் தடாகம் ஜாகிருதம் நாகிருதம் ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 25 ਅਪ੍ਰੈਲ ਦੀ ਰਾਤ ਨੂੰ ਬਹੁਤ ਹੀ ਇੱਕ ਭਿਆਨਕ ਜੋ ਸਾਡੇ ਨਾਲ ਹਾਦਸਾ ਵਾਪਰਿਆ, ਉਹ ਬਹੁਤ ਹੀ ਭਿਆਨਕ ਸੀ। ਮੇਰਾ ਨਾਮ ਪਰਮਜੀਤ ਸਿੰਘ ਹੈ, ਮੈਂ ਪਿੰਡ ਕੁਦਨੀ ਦਾ ਰਹਿਣ ਵਾਲਾ, ਜ਼ਿਲ੍ਹਾ ਸੰਗਰੂਰ, ਤਹਿਸੀਲ ਮੁਣਕ ਪੈਂਦੀ ਹੈ ਜੀ। ਇਹ ਮੇਰੇ ਚਾਚਾ ਜੀ ਦਾ ਘਰ ਹੈ, ਇੱਥੇ ਇਹ ਖੇਤਾਂ ਵਿੱਚ ਬਣਿਆ ਹੋਇਆ ਘਰ ਹੈ। ਪਿੱਛੋਂ ਇੱਥੇ ਇੱਕ ਕਿਸੇ ਨੇ ਪਤਾ ਨਹੀਂ ਕਿਵੇਂ ਅਣਜਾਣੇ 'ਚ ਉਹਨੂੰ ਕਣਕ ਦੇ ਨਾੜ ਨੂੰ ਅੱਗ ਲਾਈ ਹੈ। ਅੱਗ ਲੱਗਣ ਕਾਰਨ ਇਹ ਅੱਗ, ਜਿਵੇਂ ਘਰ ਦੇ ਪਿੱਛੇ ਇੱਕ ਤੂੜੀ ਦਾ ਕੁੱਪ ਸੀ, ਉਹਨੂੰ ਆ ਲੱਗੀ। ਕੁੱਪ ਦੇ ਨਾਲ ਅੰਦਰ ਅੱਗ ਆ ਬੜੀ, ਘਰ ਦੇ ਵਿੱਚ ਜਿਵੇਂ ਮੱਝਾਂ ਸੀ, ਮੱਝਾਂ ਨੂੰ ਅੱਗ ਲੱਗ ਗਈ। ਮੱਝਾਂ ਬਿਲਕੁਲ ਹੀ ਮੱਚ ਗਈਆਂ ਸੀ, 4 ਮੱਝਾਂ ਸੀ, ਇੱਕ ਗਾਂ ਸੀ। ਉਹ ਤੋਂ ਬਾਅਦ ਹਫ਼ਤੇ ਕੁ ਬਾਅਦ ਮੱਝਾਂ ਡਾਕਟਰਾਂ ਨੇ ਟ੍ਰੀਟਮੈਂਟ ਵੀ ਕੀਤਾ, ਨਾ ਬਚ ਸਕੀਆਂ, ਮੱਝਾਂ ਬਿਲਕੁਲ ਹੀ ਮੱਚ ਕੇ ਮਰ ਗਈਆਂ ਸੀ। ਅਤੇ ਉਸ ਤੋਂ ਬਾਅਦ 10 ਕੁ ਦਿਨਾਂ ਬਾਅਦ ਖਾਲਸਾ ਐਡ ਜੋ ਇੱਕ ਆਲ ਵਰਲਡ ਦੀ ਸੰਸਥਾ ਹੈ, ਉਹਨੇ ਸਾਰ ਲਈ, ਉਹ ਸਾਡੇ ਕੋਲ ਪਹੁੰਚੇ। ਉਹਨਾਂ ਨੇ ਫਿਰ ਸਾਨੂੰ ਸਭ ਕੁਝ ਪੁੱਛਿਆ ਵੀ ਕੀ ਕੁਛ ਹੋਇਆ, ਜੋ ਵੀ ਹੋਇਆ ਉਹਨਾਂ ਨੇ ਸਾਨੂੰ ਹੁਣ ਪੂਰੀ ਆਪਦੀ ਕਾਰਵਾਈ ਕਰਕੇ 2 ਮੱਝਾਂ ਦਿੱਤੀਆਂ ਨੇ ਹਰਿਆਣੇ 'ਚ, ਬਹੁਤ ਵਧੀਆ ਨਸਲ ਦੀਆਂ ਮੱਝਾਂ ਖਰੀਦ ਕੇ ਜੋ ਸਾਡੇ ਤੱਕ ਪਹੁੰਚ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਏਡ ਵੱਲੋਂ ਜੋ ਵੀ ਇਸ ਪਿੰਡ ਦੇ ਵਿੱਚ ਨੁਕਸਾਨ ਹੋਇਆ, ਜੀ ਅੱਗ ਲੱਗ ਗਈ ਸੀ, ਡੰਗਰ ਮਰ ਗਏ, ਉਹਨਾਂ ਦੀ ਸਹਾਇਤਾ ਕੀਤੀ ਹੈ, ਮੱਝਾਂ ਦਿੱਤੀਆਂ ਇੱਥੇ, ਅਤੇ ਨਾਲ ਹੀ ਇਹਨਾਂ ਨੂੰ 1 ਸਾਲ ਦਾ ਬੀਮਾ ਵੀ ਕਰਵਾ ਕੇ ਨਾਲ ਦਿੱਤਾ ਜਾ ਰਿਹਾ ਵੀ ਜੋ ਕੋਈ ਵੀ ਕੋਈ ਨੁਕਸਾਨ ਹੋਵੇ ਤਾਂ ਉਹਦੀ ਸਹਾਇਤਾ ਹੋ ਸਕੇ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਖਾਲਸਾ ਏਡ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।